ਬਾਣੀ ਧਰਤੀ ਆਕਾਸ਼ ਤੇ ਸੀ ਕਾਬਜ, ਕੈਦ ਘਰਾਂ ਦੇ ਵਿੱਚ ਇਨਸਾਨ ਕਰਤਾ। ਖੱਬੀ ਖਾਨਕ ਹੁੰਦਾ ਸੀ ਜੋ ਬਾਲਾ। ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਾਅ ਕਰਨ ਦੇ ਲਈ ਸਰਕਾਰ ਵੱਖ ਵੱਖ ਪ੍ਰਯਾਸ ਕਰ ਰਹੀ ਹੈ ਅਤੇ ਇਸ ਤੇ ਕਾਬੂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੁਝ ਪੰਜਾਬੀ ਸਿੰਗਰ ਆਪਣੇ ਗੀਤਾਂ ਦੇ ਰਾਹੀਂ ਇਹ ਦਰਦ ਬਿਆਨ ਕਰ ਰਹੇ ਨੇ ਕੋਰੋਨਾ ਵਾਇਰਸ ਦਾ। ਹਾਲ ਹੀ ਚ ਸਿੱਧੂ ਮੂਸੇਵਾਲਾ ਨੇ ਇੱਕ ਗੀਤ ਰਿਲੀਜ਼ ਕੀਤਾ ਔਰ ਹੁਣ ਰਵਿੰਦਰ ਗਰੇਵਾਲ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਕੋਰੋਨਾ ਵਾਇਰਸ ਦਾ ਜੋ ਦਰਦ ਹੈ ਉਸ ਨੂੰ ਬਿਆਨ ਕਰ ਰਹੇ ਨੇ ਅਤੇ ਰਵਿੰਦਰ ਗਰੇਵਾਲ ਦੀ ਇਹ ਵੀਡੀਓ ਤੁਹਾਨੂੰ ਵੀ ਸੋਚਣ ਤੇ ਇੱਕ ਵਾਰ ਜ਼ਰੂਰ ਮਜਬੂਰ ਕਰ ਦੇਗੀ ਅਤੇ ਤੁਸੀਂ ਵੀ ਡੈਫੀਨੇਟਲੀ ਭਾਵੁਕ ਹੋ ਜਾਓਗੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ। ਰਵਿੰਦਰ ਗਰੇਵਾਲ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਇਆ ਕੈਪਸ਼ਨ 'ਚ ਲਿਖਿਆ, ਮਾਲਕ ਦੇ ਰੰਗ, ਰਚਨਾ ਹਾਕਮ ਬਖਤੜੀ ਵਾਲਾ, ਕੋਰੋਨਾ ਵਾਇਰਸ। ਫਿਲਹਾਲ ਅਸੀਂ ਵੀ ਤੁਹਾਨੂੰ ਸੁਣਾਉਂਦੇ ਹਾਂ ਜੀ ਰਵਿੰਦਰ ਗਰੇਵਾਲ ਦਾ ਉਹ ਸੌਂਗ। ਕਿੱਥੇ ਬੈਠ ਕੇ ਕਾੜ ਤਾਂ ਘੜੀ ਜਾਣੇ, ਸੱਚੀ ਮੈਨੂੰ ਤਾਂ ਰੱਬਾ ਹੈਰਾਨ ਕਰਤਾ। ਖੜੀਆਂ ਗੱਡੀਆਂ ਬੱਸਾਂ ਜਹਾਜ਼ ਰੇਲਾਂ, ਵੇਲਾ ਪਲਾਂ ਚ ਸਾਰਾ ਸਮਾਨ ਕਰਤਾ। ਪੰਛੀ ਚੈਕ ਦੇ ਸੁੱਖ ਦਾ ਸਾਇਆ, ਪ੍ਰਦੂਸ਼ਣ ਰਹਿਤ ਅੱਜ ਸਾਰਾ ਅਸਮਾਨ ਕਰਤਾ। ਪਾਣੀ ਧਰਤੀ ਆਕਾਸ਼ ਤੇ ਸੀ ਕਾਬਜ, ਕੈਦ ਘਰਾਂ ਦੇ ਵਿੱਚ ਇਨਸਾਨ ਕਰਤਾ। ਖੱਬੀ ਖਾਨਕ ਹੁੰਦਾ ਸੀ ਜੋ ਬਾਲਾ, ਬਿਟ ਬਿਟ ਦੇਖਦਾ ਫੇਲ ਵਿਗਿਆਨ ਕਰਤਾ। ਸਭ ਆਸਤਕ ਨਾਸਤਕ ਮਾਂਝ ਤਰਤੇ, ਮਾਲਕ ਇੱਕ ਹੈ ਫਿੱਟ ਗਿਆਨ ਕਰਤਾ। ਤੇਰੀ ਮੌਤ ਦੇ ਜਾਦੂ ਨੂੰ ਮੰਨ ਗਿਆ ਮੈਂ, ਕੱਠਾ ਵੇਦ ਗ੍ਰੰਥ ਕੁਰਾਨ ਕਰਤਾ। ਇੱਕ ਮਿੰਟ ਦਾ ਜੀ ਦੇ ਕੋਲੇ ਵੇਲ ਨੀ ਸੀ, ਮਾਰੀ ਫੂਕ ਤੇ ਵੇਲਾ ਜਹਾਨ ਕਰਤਾ। ਗੁੱਸਾ ਕਰਿਓ ਨਾ ਇੰਨਾ ਪਰ ਸੋਚਿਆ ਨਹੀਂ, ਕੀ ਦਾ ਫਾਇਦਾ ਤੇ ਕੀ ਦਾ ਨੁਕਸਾਨ ਕਰਤਾ। ਬਖਤੜੀ ਵਾਲੇ ਨੂੰ ਜਿੰਨੀ ਕੋ ਅਕਲ ਬਖਸ਼ੀ, ਉਹਨਾਂ ਹਾਕਮ ਨੇ ਮਾਲਕਾ ਬਿਆਨ ਕਰਤਾ। ਉਹਨਾਂ ਬਖਤੜੀ ਵਾਲੇ ਨੇ ਬਿਆਨ ਕਰਤਾ, ਉਹਨਾਂ ਹਾਕਮ ਨੇ ਬਾਬਾ ਬਿਆਨ ਕਰਤਾ। All World Open Challenge 17-time Gold Medalist Mia Rafiq Mohammed, Pandit Maulvi Begum Tantrik, Inna Chora Thagga To Saavdan, Specialist Vashikaran, Satta Number, Love Marriage, Pati Patni Ch Anban, Videsh Ch Pakka Hona, Karobar Da Na Chalana, Sirf 31 Ghantiyan Vich Samadhan, Free Mia Rafiq Mohammed, Mobile 84374 94647, 84374 94648।